दस दिए कि राजपुरा की नाच मंडी नजदीक पोगला रोड विखे स्थित नवे बने सिटी हस्पताल का MLA हरदयाल सिंह कंबोज श्रोमणी अकाली दल के हलका मलोह तो मुख सेवादार गुरप्रीत सिंह राजू खन्ना यूथ अकाली दल के कौमी बुलारे MS सिंह राठी ਅਤੇ ਹੋਰਨਾਂ ਸ਼ਖਸੀਅਤਾਂ ਦੇ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾਕਟਰ RPS ਭੁੱਲਰ, ਡਾਕਟਰ ਅਮਿਤ ਸਿੰਗਲਾ, ਡਾਕਟਰ ਦੀਪਕ ਚੌਹਾਨ, ਐਡਵੋਕੇਟ ਪਰਮਜੀਤ ਸਿੰਘ ਪੰਗੂ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ। ਦੱਸ ਦਈਏ ਕਿ ਇਸ ਹਸਪਤਾਲ ਦਾ ਉਦਘਾਟਨ ਕਰਨ ਮਗਰੋਂ ਇੱਥੇ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਵੀ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਪਹੁੰਚ ਕੇ ਆਪਣਾ ਚੈੱਕਅਪ ਕਰਵਾਇਆ ਅਤੇ ਫ੍ਰੀ ਦਵਾਈਆਂ ਵੀ ਲਈਆਂ ਨੇ। ਇਸ ਕੈਂਪ ਦਾ ਉਦਘਾਟਨ ਵੀ MLA ਹਰਦਿਆਲ ਸਿੰਘ ਕੰਬੋਜ ਦੇ ਵੱਲੋਂ ਕੀਤਾ ਗਿਆ। ਉਹਨਾਂ ਆਖਿਆ ਕਿ ਸਿਟੀ ਹਸਪਤਾਲ ਸ਼ਹਿਰ ਦਾ ਵਿਸ਼ੇਸ਼ ਤੇ ਵਿਲੱਖਣ ਹਸਪਤਾਲ ਹੈ ਅਤੇ ਇਲਾਕੇ ਤੇ ਸ਼ਹਿਰ ਦੇ ਲੋਕਾਂ ਨੂੰ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰੇ। ਖੁਸ਼ੀ ਦੀ ਗੱਲ ਹੈ ਕਿ ਰਾਜਪੁਰਾ ਜਿਹੜਾ ਸਾਡਾ ਪੰਜਾਬ ਦਾ ਪਹਿਲਾ ਸ਼ਹਿਰ ਹੈ, ਗੇਟਵੇ ਆਫ ਪੰਜਾਬ ਹੈ, ਅਤੇ ਇਹਦੇ ਵਿੱਚ ਜੋ ਸਿਟੀ ਹੋਸਪਿਟਲ ਜਿਹੜਾ ਹੈ ਉਹਦਾ ਅੱਜ ਜਿਹੜਾ ਹੈਗਾ ਸ਼ੁਭ ਮਹੂਰਤ ਆ ਜਿਹੜਾ ਕੀਤਾ ਗਿਆ ਹੈਗਾ, ਜਿਹਦੀ ਜ਼ਰੂਰਤ ਸੀ ਇਲਾਕੇ ਦੇ ਅੰਦਰ। ਕਿਉਂਕਿ ਵੈਸੇ ਤਾਂ ਅਸੀਂ ਚੰਡੀਗੜ੍ਹ ਦੇ ਨੇੜੇ ਹਾਂ ਅਤੇ ਅੰਬਾਲਾ ਦੇ ਵੀ ਨੇੜੇ ਹਾਂ, ਪਰ ਉੱਥੇ ਤੱਕ ਵੀ ਜਾਣ ਦੀ ਕਿਉਂ ਜ਼ਰੂਰਤ ਪਵੇ ਜੇ ਇੱਥੇ ਮਲਟੀ ਜਿਹੜਾ ਸਪੈਸ਼ਲਿਸਟ ਹੈਗਾ ਜੋ ਹੋਸਪਿਟਲ ਜਿਹਦੀ ਅੱਜ ਜ਼ਰੂਰਤ ਆ ਉਹ ਅੱਜ ਪੂਰੀ ਕੀਤੀ ਗਈ ਹੈਗੀ ਆ। ਸੁੱਖੀ ਜੀ ਉਹਨਾਂ ਨੇ, ਉਹਨਾਂ ਦੀ ਪੂਰੀ ਟੀਮ ਨੇ ਜਿੰਨੇ ਵੀ, ਕਿਉਂਕਿ ਵੈਸੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਆ ਸਮਾਜ ਸੇਵਾ ਦੇ ਅੰਦਰ। ਮੇਰੇ ਨਾਲ ਗੱਲ ਕਰ ਰਹੇ ਸੀਗੇ ਅਤੇ ਕਹਿੰਦੇ ਅਸੀਂ ਤਾਂ ਇਹ ਸਿਰਫ ਜਿਹੜਾ ਹੈਗਾ ਲੋਕਾਂ ਨੂੰ ਆਮ ਮਤਲਬ ਕਿ ਜਿਹੜੀ ਸਹੂਲਤ ਦੇਣ ਦੇ ਵਾਸਤੇ ਜਿਹੜਾ ਹਸਪਤਾਲ ਦਾ ਜਿਹੜਾ ਇਹ ਨਿਰਮਾਣ ਆ ਜਿਹੜਾ ਇਹ ਕੀਤਾ ਹੈ। ਸੋ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੇ ਲਈ ਵਧਾਈ ਦਿੰਦਾ ਹਾਂ। ਇਸ ਮੌਕੇ ਹਲਕਾ ਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਖਿਆ ਕਿ ਪਰਮਜੀਤ ਸਿੰਘ ਪੰਗੂ ਦੇ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ। ਲੋੜਵੰਦ ਗਰੀਬ ਪਰਿਵਾਰਾਂ ਦਾ ਇੱਥੇ ਘੱਟ ਫੀਸਾਂ ਤੇ ਚੰਗਾ ਇਲਾਜ ਹੋਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਲੋੜਵੰਦ ਪਰਿਵਾਰਾਂ ਲਈ ਇਸ ਹਸਪਤਾਲ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ। ਉਹ ਬੜਾ ਵਧੀਆ ਉਪਰਾਲਾ ਕੀਤਾ, ਸਿਟੀ ਹਸਪਤਾਲ ਖੁੱਲ੍ਹਿਆ ਰਾਜਪੁਰ ਵਿਖੇ, ਡਾਕਟਰ ਸਾਡੇ ਡਾਕਟਰ ਭੁੱਲਰ ਨੇ ਅਤੇ ਨਾਲ ਪਰਮਜੀਤ ਸਿੰਘ ਪੰਗੂ ਜੀ ਉਹਨਾਂ ਵੱਲੋਂ ਇਹ ਹੋਸਪਿਟਲ ਖੋਲ੍ਹਿਆ ਗਿਆ ਅਤੇ ਮੈਂ ਸਮਝਦਾ ਕਿ ਬੜਾ ਹੋਸਪਿਟਲ ਚੈਰਿਟੀ ਲਈ ਹੋਸਪਿਟਲ ਖੋਲ੍ਹਿਆ ਅਤੇ ਜਿੱਥੇ ਲੋੜਵੰਦਾਂ ਦੀ ਮਦਦ ਵੀ ਕੀਤੀ ਜਾਊਗੀ, ਜਿੱਥੇ ਨਾਲ ਜਿੱਥੇ ਇੱਕ ਇਹਨੂੰ ਸੇਵਾ ਵਜੋਂ ਲਿਆ ਜਾ ਰਿਹਾ। ਸੋ ਮੈਂ ਸਮਝਦਾ ਕਿ ਹੋਸਪਿਟਲ ਖੋਲ੍ਹਣੇ ਚਾਹੀਦੇ ਨੇ ਅਤੇ ਵਧੀਆ ਸਿਹਤ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਨੇ ਅਤੇ ਲੋੜਵੰਦ ਜੋ ਗਰੀਬ ਪਰਿਵਾਰ ਆ ਉਹਨਾਂ ਦਾ ਔਰ ਇਲਾਜ ਡਿਸਕਾਊਂਟ ਦੇ ਕੁਝ ਰੇਟਾਂ ਘੱਟ ਰੇਟਾਂ ਦਾ ਇਲਾਜ ਹੋਣਾ ਚਾਹੀਦਾ, ਜਿਹੜੇ ਬਹੁਤ ਗਰੀਬ ਨੇ ਫ੍ਰੀ ਇਲਾਜ ਹੋਣਾ ਚਾਹੀਦਾ ਤਾਂ ਕਿ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ। ਨਹੀਂ ਜੀ, ਦੇਖੋ ਹੋਸਪਿਟਲ ਚੱਲੇ ਵੀ ਕਮਾਈ ਨਾਲ ਨੇ, ਪਰ ਜਿਹਦੇ ਵਿੱਚ ਲੋੜਵੰਦਾਂ ਦੀ ਮਦਦ ਹੋਣੀ ਇਹ ਸਦਾ ਹੀ, ਜਿੱਥੇ ਭੰਗੂ ਸਾਹਿਬ ਨੇ ਕਾਰੋਬਾਰ ਕੀਤਾ ਉਹਦੇ ਵਿੱਚ ਸਦਾ ਹੀ ਦਸਵੰਧ ਕੱਢ ਕੇ ਕੰਮ ਕਰਦੇ ਰਹੇ ਨੇ, ਚਾਹੇ ਪ੍ਰੋਪਰਟੀ ਦੇ ਕੰਮ ਕਰਦੇ ਆ ਜਾਂ ਕੋਈ ਵੀ ਕੰਮ ਕਰਦੇ ਆ, ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਵਾਸਤੇ ਕਰਦੇ ਆ। ਇਹ ਕਹਿਣ ਦੀ ਗੱਲ ਹੀ ਕਰਨ ਦੀ ਗੱਲ ਹੋਣੀ ਆ, ਜਿਹੜਾ ਵੀ ਕੋਈ ਲੋੜਵੰਦ ਇੱਥੇ ਜਿਹੜਾ ਜੈਨੂਅਲ ਪੇਸ਼ੈਂਟ ਹੋਊਗਾ ਲੋੜਵੰਦ ਦਾ ਉਹਦਾ ਇਲਾਜ ਕੀਤਾ ਜਾਊਗਾ। ਐਡਵੋਕੇਟ ਪਰਮਜੀਤ ਸਿੰਘ ਪੰਗੂ ਚੇਅਰਮੈਨ ਨੇ ਦੱਸਿਆ ਕਿ ਨੇੜਲੇ ਭਵਿੱਖ ਵਿੱਚ ਇਸ ਹਸਪਤਾਲ ਦੇ ਵਿੱਚ ਹੋਰ ਵੀ ਮਾਹਿਰ ਡਾਕਟਰਾਂ ਦੀ ਟੀਮਾਂ ਜਿਵੇਂ ਕਿ ਦਿਮਾਗੀ ਰੋਗਾਂ ਦੇ ਮਾਹਿਰ, ਜੁਨਾਨਾ ਰੋਗਾਂ ਦੇ ਮਾਹਿਰ, ਹੱਡੀਆਂ ਜੋੜਾਂ ਦੇ ਮਾਹਿਰ ਡਾਕਟਰਾਂ ਤੋਂ ਇਲਾਵਾ ਡਾਇਲਸਿਸ ਦਾ ਪ੍ਰਬੰਧ ਵੀ ਜਲਦ ਹੀ ਕੀਤਾ ਜਾਏਗਾ। ਹਸਪਿਟਲ ਵਿਦ ਅ ਮਿਸ਼ਨ ਟੂ ਸਰਵ ਦੀ ਹਿਊਮੈਨਿਟੀ, ਵੀ ਆਰ ਨਾਟ ਅ ਬਿਜ਼ਨਸਮੈਨ, ਇਹ ਹਸਪਿਟਲ ਅਸੀਂ ਬਿਜ਼ਨਸ ਲਈ ਨਹੀਂ ਚਲਾਵਾਂਗੇ, ਇਹ ਸਿਰਫ ਮਾਨਵਤਾ ਦੀ ਸੇਵਾ ਲਈ ਚਲਾਵਾਂਗੇ, ਜੋ ਵੱਧ ਤੋਂ ਵੱਧ ਹੋ ਸਕੂਗਾ ਮਨੁੱਖਤਾ ਦੀ ਸੇਵਾ ਲਈ ਉਹ ਕਰਾਂ। ਉਹ ਇੱਕ ਸਪੈਸ਼ਲ ਟੀਮ ਹੈ ਸਾਡੀ ਜਿਹੜੀ ਕਿ ਲੋਕੇਟ ਕਰੂਗੀ ਕਿ ਕਿਹੜਾ ਬੰਦਾ ਐਕਚੁਅਲੀ ਲੋੜਵੰਦ ਹੈ, ਜਿੰਨੀ ਕੁ ਉਹਦੀ ਜਿਹੀ ਜੀ ਲੋੜਵੰਦ ਹੈ, ਉਹ ਜਿਹੀ ਜੀ ਉਹਦੀ ਦਵਾਈ 'ਚ ਇਲਾਜ 'ਚ ਜਿੰਨੀ ਮਦਦ ਕਰ ਸਕਾਂਗੇ ਉਹ ਕਰਾਂਗੇ। ਸਾਡੇ ਕੋਲ ਕੁਛ NGOs ਵੀ ਹੈਗੀਆਂ ਸਾਡੀਆਂ, ਜਿਵੇਂ ਖਾਲਸਾ ਏਡ ਸਾਡੇ ਨਾਲ ਆ, ਹੋਰ NGOs ਹੈਗੀਆਂ ਉਹ ਵੀ ਨਾਲ ਮਦਦ ਕਰਨਗੀਆਂ ਜ਼ਰੂਰ। ਇਸ ਕੈਂਪ ਦੇ ਉਦਘਾਟਨੀ ਸਮਾਰੋਹ ਮੌਕੇ ਹਲਕਾ ਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ MS ਸਿੰਘ ਰਾਠੀ, ਜਗਦੀਸ਼ ਜੁੱਗਾ ਹੈਪੀ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਰਣਜੀਤ ਸਿੰਘ ਰਾਣਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਾਜਪੁਰਾ ਸ਼ਿਆਰੇ, ਰਵਿੰਦਰਪਾਲ ਸਿੰਘ ਰਾਜੂ ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਬਹਾਦਰ ਸਿੰਘ ਪੰਗੂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਸਪਾਲ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ITU ਵਿੰਗ ਰਾਜਪੁਰਾ, ਐਡਵੋਕੇਟ ਗਗਨ ਬਲੂਣ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ। ਕੈਂਪ ਦੇ ਵਿੱਚ ਆਏ ਸਮੂਹ ਸੱਜਣਾਂ ਦਾ ਪੰਚਲੈਂਡ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ। ਕੀ ਤੁਹਾਡਾ ਵੀ ਹੈ ਵਿਦੇਸ਼ ਵਿੱਚ ਘੁੰਮਣ ਅਤੇ ਪੜ੍ਹਨ ਦਾ ਸੁਪਨਾ, ਜਾਂ ਫੇਰ ਹੈ ਵਿਦੇਸ਼ ਵਿੱਚ ਵਸਣ ਦਾ ਇਰਾਦਾ, ਜਾਂ ਰਿਫਿਊਜ਼ਲ ਦਾ ਕਰ ਰਹੇ ਹੋ ਸਾਹਮਣਾ, ਨਿਰਾਸ਼ ਨਾ ਹੋਵੋ, ਅੱਜ ਹੀ ਮਿਲੋ ਸੇਵੀਅਰ ਐਜੂਕੇਸ਼ਨ ਐਬਰੋਡ ਪਟਿਆਲਾ, ਫੋਨ ਨੰਬਰ 9814695511, 7880887650।
श्रीकाल जी, तुसी कंफ्यूज हो अपने फ्यूचर नू लेके की करिए की ना करिए, अज ही विजिट करो पटियाला विखे सेवियर एजुकेशन एब्रॉड, असी करांगे हल तुहाडी हर मुश्किल दा।